ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਰੁਕ ਕਰਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਬਿਆਨ ਦਾ। ਉਹਨਾਂ ਨੇ ਕਿਹਾ ਕਿ ਪਾਣੀ ਤਾਂ ਸਾਰੇ ਮੰਗਦੇ ਆ ਪਰ ਡੁੱਬਦਾ ਇਕੱਲਾ ਪੰਜਾਬ ਹੀ ਹੈ ਜੀ। ਪ੍ਰਵੀਨ ਜੀ, ਆਪਾਂ ਕੱਲ ਹੀ ਇਸੇ ਪ੍ਰੋਗਰਾਮ ਚ ਮੈਂ ਜ਼ਿਕਰ ਕੀਤਾ ਸੀ ਕਿ ਮੈਨੂੰ ਜਾਣਕਾਰੀ ਮਿਲ ਰਹੀ ਹੈ ਕਿ ਹਰਿਆਣਾ ਤੇ ਰਾਜਸਥਾਨ ਨੂੰ ਆਪਣੀ ਹਿੱਸੇ ਦਾ ਪਾਣੀ ਲੈਣੋਂ ਵੀ ਭੱਜ ਰਿਹਾ। ਠੀਕ ਹੈ ਜੀ, ਪਰ ਉਸੇ ਗੱਲ ਨੂੰ ਅੱਗੇ ਵਧਾਇਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ। ਉਹ ਘੱਗਰ ਦੇ ਮਾਰ ਹੇਠ ਆਏ ਇਲਾਕਿਆਂ ਦਾ ਦੌਰਾ ਕਰਨ ਗਏ ਸੀ। ਉਹਨਾਂ ਦੇ ਆਪਣੇ ਸੰਗਰੂਰ ਦੇ ਇਲਾਕੇ ਵੀ ਪਾਣੀ ਦੀ ਮਾਰ ਹੇਠ ਆ ਗਏ, ਹੈ ਨਾ, ਤੇ ਪਰ ਮੁੱਖ ਮੰਤਰੀ ਤਾਂ ਪੂਰੇ ਪੰਜਾਬ ਦਾ। ਸੋ ਇਸ ਲਈ ਇਹ ਜ਼ਰੂਰ ਐਕਟੀ ਨਵਾਂਪਣ ਦੇਖਣ ਨੂੰ ਮਿਲਿਆ ਕਿ ਬਾਕੀ ਤਾਂ ਹਵਾਈ ਗੇੜਾ ਕੱਢ ਕੇ ਚਲੇ ਜਾਂਦੇ ਸੀ ਮੁੱਖ ਮੰਤਰੀ ਸਾਹਿਬ ਜਾਂ ਉਹਨਾਂ ਦੇ ਮੰਤਰੀ ਸੰਤਰੀ ਧਰਾਤਲ ਤੇ ਆ ਕੇ ਤਾਂ ਦੇਖ ਰਹੇ ਨੇ। ਇਹ ਵੱਖਰੀ ਗੱਲ ਆ ਕਿ ਚਿੱਟ ਕੱਪੜੀਆਂ ਹੀ ਨੇ, ਚਿੱਟੇ ਕੱਪੜੇ ਅਜੇ ਵੀ, ਮਤਲਬ ਕਿ ਫਿਰ ਸੁਧਾਰ। ਹਾਂ, ਕੁਝ ਐਮ ਐਲ ਏ ਹੈ ਨਾ, ਕੁਝ ਲੀਡਰ, ਕੁਝ ਹੋਰ ਪਾਰਟੀਆਂ ਦੇ ਨੁਮਾਇੰਦੇ ਹੈ, ਕੁਝ ਸਥਾਨਕ ਲੋਕ ਵੱਖ ਵੱਖ ਪਾਰਟੀਆਂ, ਉਹ ਆਮ ਆਦਮੀ ਪਾਰਟੀ ਦੇ ਵੀ ਨੇ ਹੈ, ਜਿਹਨਾਂ ਨੇ ਪ੍ਰਵਾਹ ਨੀ ਕੀਤੀ, ਉਹ ਉਵੇਂ ਹੀ ਪਿੰਡ ਪਾਣੀ ਚ ਵੜ ਕੇ, ਪਰ ਕੁਝ ਸਿਰਫ ਫੋਟੋਆਂ ਖਿਚਾਉਣ ਲਈ ਲੱਗੇ ਨੇ, ਕੁਝ ਕੁੜਤੇ ਪਜਾਮੇ। ਸੁਖਬੀਰ ਬਾਦਲ ਵੀ ਕੁੜਤਾ ਪਜਾਮਾ ਚਿੱਟਾ ਪਾ ਕੇ, ਚਿੱਟਾ ਪਾ ਕੇ ਪਾਣੀ ਦੀ ਜਾਂਚ ਹੁੰਦੀ ਹੈ, ਹਰ ਪੀੜਤਾਂ ਦੇ ਲੋਕਾਂ ਦੀ ਦੁੱਖ ਸੁਣਿਆ ਜਾਂਦਾ। ਫਿਰ ਤਾਂ ਤੁਸੀਂ ਆਪਣੇ ਕੱਪੜੇ ਬਚਾਉਂਦੇ, ਲੋਕਾਂ ਥੋੜਾ ਬਚਾਉਂਦੇ ਹੋ ਸੀ ਜੀ। ਸੋ ਉਸੇ ਤਰ੍ਹਾਂ ਮੁੱਖ ਮੰਤਰੀ ਸਾਹਿਬ ਨੇ ਵੀ ਚਲੋ ਧਰਤੀ ਤੇ ਅੱਗੇ ਦੌਰਾ ਕੀਤਾ, ਹਵਾਈ ਦੌਰਾ ਨਹੀਂ ਕੀਤਾ, ਤੇ ਉਸ ਦੌਰਾਨ ਉਹਨਾਂ ਨੇ ਦੋ ਤਿੰਨ ਜਿਹੜੀਆਂ ਗੱਲਾਂ ਕੀਤੀਆਂ ਉਹ ਬਿਲਕੁਲ ਗੌਰ ਮੰਗਦੀਆਂ ਪ੍ਰਵੀਨ। ਠੀਕ ਹੈ। ਉਹ ਕਹਿੰਦੇ ਕਿ ਹਿਮਾਚਲ ਕਹਿੰਦਾ ਕਿ ਸਾਡੇ ਹਿੱਸੇ ਦਾ ਪਾਣੀ ਵਰਤਦਾ ਪੰਜਾਬ, ਤੇ ਇਸ ਲਈ ਇਸ ਪਾਣੀ ਦੇ ਹਵਾਲੇ ਨਾਲ ਸਾਨੂੰ ਰਿਐਲਿਟੀ ਚਾਹੀਦੀ ਹੈ। ਹਿਮਾਚਲ ਕਹਿੰਦੇ ਆਪਣੇ ਇਸ ਦਮ ਦੇ ਉੱਤੇ, ਜਦੋਂ ਕਿ ਦਰਿਆ ਜਿੱਥੋਂ ਜਿੱਥੋਂ ਵਗਦਾ ਉੱਥੇ ਉੱਥੇ ਉਹਦਾ ਮਾਲਕ ਹੈ, ਆਪ ਮਹਾਰੇ ਜਿੱਥੋਂ ਦਰਿਆ ਲੰਘ ਕੇ ਜਾਂਦਾ, ਜੇ ਉਹਦੇ ਵਿੱਚੋਂ ਤੁਸੀਂ ਨਹਿਰ ਨਾਲਾ ਕੱਢਦੇ ਹੋ ਤਾਂ ਅਸੀਂ ਰੋਇਲਟੀ ਮੰਗੀ। ਹੁਣ ਪੰਜਾਬ ਇਸੇ ਗੱਲ ਦੀ ਗੱਲ ਕਰਦਾ ਨਾ ਕਿ ਸਾਡੇ ਦਰਿਆ ਚੋਂ ਕੱਟ ਕੇ ਤੁਹਾਨੂੰ ਪਾਣੀ ਦਿੱਤਾ ਜਾ ਰਿਹਾ, ਤੁਸੀਂ ਸਾਡਾ ਹਿੱਸਾ ਦਓ ਉਦੋਂ। ਪਰ ਹਿਮਾਚਲ ਚੋਂ ਦਰਿਆ ਜਿੱਥੋਂ ਆਪਣੇ ਆਪ ਉਤਰ ਕੇ ਆ ਰਿਹਾ, ਤੁਸੀਂ ਉਹ ਵੀ ਕਹਿੰਦੇ ਹੋ ਜੀ ਸਾਡਾ ਹਿੱਸਾ। ਭਾਈ, ਜਿੰਨਾ ਤੁਹਾਡੇ ਪਾਣੀ ਲੋੜ ਆ ਤੁਸੀਂ ਵਰਤਦਾ ਰਹੇ ਹੋ, ਤੁਸੀਂ ਲੈ ਰਹੇ ਹੋ, ਬਿਲਕੁਲ ਸਾਰਾ ਰੋਕ ਲੈਂਦੇ। ਉਹ ਕਹਿੰਦੇ ਜੀ ਉਹ ਰੋਇਲਟੀ ਮੰਗਦਾ, ਤੇ ਇੱਧਰ ਰਾਜਸਥਾਨ ਤੇ ਹਰਿਆਣਾ ਕਹਿੰਦਾ ਜੀ ਪਾਣੀਆਂ ਤੇ ਹੱਕ ਸਾਡਾ ਜੀ, ਸਾਨੂੰ ਵੱਧ ਪਾਣੀ ਦਿਓ ਜੀ, ਸਾਨੂੰ ਹਿੱਸਾ ਦਿਓ ਜੀ ਸਾਡਾ। ਤੇ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਭਾਈ ਜਾਂ ਪਾਣੀ ਵੱਧ ਮੰਗਦੇ ਹੋ ਜਾਂ ਰਿਐਲਟੀਆਂ ਮੰਗਦੇ ਹੋ, ਹੁਣ ਵੰਡ ਲਓ ਸਾਰਾ ਦਰਦ ਆ ਜਾਓ। ਹੁਣ ਹਿਮਾਚਲ ਰੱਖ ਲੈਂਦਾ ਪਾਣੀ ਫਿਰ, ਤੇ ਹਰਿਆਣੇ ਵਾਲੇ ਕਹਿਣ ਕਿ ਨਾ ਜੀ ਹੜ੍ਹ ਵਾਲੇ ਪਾਣੀ ਚ ਵੀ ਸਾਡਾ ਬਰਾਬਰ ਯੋਗਦਾਨ ਹੈ, ਜਾਂ ਪੰਜਾਬ ਦਾ ਜਿਹੜਾ ਕਰੋੜਾਂ ਦਾ ਨੁਕਸਾਨ ਹੋਇਆ ਕਿ ਅਸੀਂ ਬਰਾਬਰ ਭਰਪਾਈ ਕਰਦੇ ਹਾਂ ਜੀ। ਹੁਣ ਮੁੱਖ ਮੰਤਰੀ ਹੋਰਾਂ ਦੇ ਬੋਲ ਨੇ ਕਿ ਹਰਿਆਣਾ ਤੇ ਰਾਜਸਥਾਨ ਨੇ ਆਪਣੇ ਹਿੱਸੇ ਦਾ ਪਾਣੀ ਲੈਣੋਂ ਵੀ ਇਨਕਾਰ ਕਰਤਾ, ਹੜ੍ਹ ਵਾਲਾ ਪਾਣੀ ਤਾਂ ਵੱਖਰੀ ਗੱਲ ਜੀ। ਜਮੁਨਾ ਦੀ ਮਾਰ ਹੇਠ, ਘੱਗਰ ਦੀ ਮਾਰ ਹੇਠ ਹਰਿਆਣਾ ਵੀ ਬੁਰੀ ਤਰ੍ਹਾਂ ਆਇਆ। ਹਰਿਆਣੇ ਦੇ ਵੀ ਕਈ ਖੇਤਰ ਪ੍ਰਭਾਵਿਤ ਨੇ, ਦਿੱਲੀ ਬੁਰੀ ਤਰ੍ਹਾਂ, ਕਿਉਂਕਿ ਜਮੁਨਾ ਦਿੱਲੀ ਦੇ ਵਿੱਚ ਪ੍ਰਵੀਨ ਜੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਗਣ ਲੱਗ ਪਈ ਆ। ਹਾਂਜੀ ਹਾਂਜੀ, ਤੇ ਦਿੱਲੀ ਦੇ ਕਿੰਨੇ ਖੇਤਰਾਂ ਚ ਪਾਣੀ ਵੜ ਗਿਆ, ਕਿੰਨੇ ਖੇਤਰ ਨੀਵੇਂ ਖੇਤਰ ਖਾਲੀ ਕਰਾ ਲਏ ਗਏ ਨੇ, ਤੇ ਪਰ ਕੇਜਰੀਵਾਲ ਜੀ ਕਹਿੰਦੇ ਸਾਡੇ ਕੋਈ ਸਮਰੱਥਾ ਨੀ ਬਚਾਉਣ ਦੀ। ਸੋ ਸਾਨੂੰ ਤਾਂ ਇਸ਼ਤਿਹਾਰ ਹੀ ਲਾਉਣੇ ਆਉਂਦੇ ਨੇ, ਸੋ ਪ੍ਰਬੰਧ ਨੀ ਕਰਨੇ। ਪਰ ਇਹ ਸਭ ਦੇ ਦਰਮਿਆਨ ਆ ਇੱਕ ਵੱਡਾ ਸਵਾਲ ਖੜਾ ਕਿ ਮੁੱਖ ਮੰਤਰੀ ਸਾਹਿਬ ਨੇ ਹਰਿਆਣੇ ਦੀ ਗੱਲ ਕੀਤੀ, ਹਿਮਾਚਲ ਦੀ ਗੱਲ ਕੀਤੀ, ਰਾਜਸਥਾਨ ਦੀ ਗੱਲ ਕੀਤੀ, ਪਰ ਦਿੱਲੀ ਦੀ ਗੱਲ ਕਰਨੀ ਭੁੱਲ ਗਏ। ਦਿੱਲੀ ਵੀ ਪਾਣੀ ਲੈਂਦਾ, ਪੈਸੇ ਦਿੱਲੀ ਵੀ ਨੀ ਦਿੰਦਾ ਸਾਨੂੰ ਜੀ, ਬਿਲਕੁਲ ਠੀਕ ਹੈ ਨਾ। ਸੋ ਇਸ ਲਈ ਜਾਂ ਤਾਂ ਫਿਰ ਸਾਡਾ ਆ ਹਿੱਸਾ ਬਣਾ ਲੈਣ, ਜਾਂ ਫਿਰ ਕਹਿਣ ਕਿ ਹੜ੍ਹ ਵਾਲਾ ਪਾਣੀ ਵੀ ਸਾਡੇ ਕੋਲ ਨਹੀਂ ਭੇਜੋ ਜੀ। ਮੰਤਰੀ ਸਾਹਿਬ ਦੀ ਗੱਲ ਬਿਲਕੁਲ ਦਰੁਸਤ ਹੈ ਕਿ ਪਾਣੀ ਲੈਣ ਨੂੰ ਸਾਰੇ ਦਾਅਵੇਦਾਰ, ਪਰ ਹੜ੍ਹ ਦਾ ਦੁੱਖ ਭੋਗਣ ਲਈ ਇਕੱਲਾ ਪੰਜਾਬ, ਡੁੱਬਣ ਲਈ ਇਕੱਲਾ ਪੰਜਾਬ। ਸੋ ਇਸ ਪਹਿਲੂ ਸੋਚਣ ਦੀ ਲੋੜ ਹੈ। ਪਰ ਇੱਥੇ ਸਾਡੇ ਲੜੀ ਜਾਂਦੇ ਆ ਜੀ, ਆਹ ਪਟਿਆਲੇ ਚ ਜੋੜਾ ਮਾਜਰਾ ਤੇ ਕੈਪਟਨ ਅਮਰਿੰਦਰ ਸਿੰਘ ਦੀ ਧੀ ਜੈਇੰਦਰ, ਉੱਥੋਂ ਮੈਂ ਮੁੱਦਾ ਜੀ, ਮੁੱਦਾ ਇਹ ਕਿ ਲੋਕਾਂ ਚ ਜਾ ਕੇ ਪਹਿਲਾਂ ਮੈਂ ਫੋਟੋ ਖਿਚਾਉਣੀ ਹੈ, ਲੋਕਾਂ ਜਾ ਕੇ ਸਮਾਨ। ਉਹ ਰਸਦ ਲੈ ਕੇ ਆਈ ਆ, ਕਹਿੰਦੀ ਸਾਨੂੰ ਕਿਸ਼ਤੀਆਂ ਨੀ ਦਿੰਦੇ। ਮੈਂ ਡੀਸੀ ਨੂੰ ਫੋਨ ਕਰ ਲਿਆ, ਜੋੜਾ ਮਾਜਰਾ ਕਹਿੰਦਾ ਬੀਬੀ ਤੂੰ ਹੁਣ ਆ ਗਈ ਦੋ ਦਿਨਾਂ ਬਾਅਦ, ਅਸੀਂ ਤਾਂ ਪਹਿਲੇ ਦਿਨ ਤੋਂ ਲੱਗੇ ਹਾਂ, ਅਸੀਂ ਸੇਵਾ ਕਰ ਰਹੇ ਹਾਂ। ਇਹ ਤਾਂ ਜੀ ਲੋਕ ਜਾਣਦੇ ਨੇ ਜਾਂ ਰੱਬ ਜਾਣਦਾ ਕਿ ਕੌਣ ਸੇਵਾ ਕਰ ਰਿਹਾ ਤੇ ਕੌਣ ਰਾਜਨੀਤੀ, ਪਰ ਪੰਜਾਬ ਦੇ ਲੋਕ ਕਹਿੰਦੇ ਕਿ ਲੜੋ ਨਾ, ਕੰਮ ਕਰ ਲਓ। ਹਾਂ ਬਿਲਕੁਲ, ਤੇ ਜੇ ਇਹ ਕੰਮ ਹੜਾਂ ਤੋਂ ਪਹਿਲਾਂ ਕੀਤੇ ਹੁੰਦੇ ਸ਼ਾਇਦ ਨੁਕਸਾਨ ਘੱਟ ਹੁੰਦਾ। ਸੋ ਇਸ ਲਈ ਜੀ ਇਹੋ ਜਿਹਾ ਦ੍ਰਿਸ਼ ਵੀ ਆ ਰਹੇ ਨੇ। ਪਰ ਇਹ ਇੱਕ ਵੱਡਾ ਸਵਾਲ ਖੜਾ ਕਿ ਪੰਜਾਬ ਕੀ ਇਕੱਲਾ ਹੜਨ ਲਈ ਆ, ਪੰਜਾਬ ਇਕੱਲਾ ਨੁਕਸਾਨ ਲਈ ਆ, ਜਾਂ ਇਹਦੇ ਲਈ ਕੋਈ ਮਤਲਬ ਕਿ ਕੋਈ ਵਿਉਂਤਬੰਦੀ ਵੀ ਹੋਏਗੀ, ਕੇਂਦਰ ਇਸ ਤੇ ਕੋਈ ਪਹਿਲਕਦਮੀ ਕਰੂਗਾ ਜਾਂ ਨਹੀਂ। ਪਰ ਪੰਜਾਬ ਅਜੇ ਵੀ ਦਰਿਆਈ ਪਾਣੀਆਂ ਦੀ ਮਾਰ ਚ ਉਲਝਿਆ, ਬੁਰੀ ਤਰ੍ਹਾਂ ਉਲਝਿਆ, ਇਹਚੋਂ ਬਚ ਕੇ ਨਿਕਲਣਾ ਖਾਸਾ ਔਖਾ, ਕਿਉਂਕਿ ਮੌਸਮ ਦੀ ਮਿਜਾਜ਼ ਹੈ ਜਿਹੜੀ ਉਹ ਬਹੁਤ ਖਤਰਨਾਕ ਅਜੇ ਵੀ ਦੱਸੀ ਜਾ ਰਹੀ ਹੈ। ਜੀ ਜੀ ਜੀ।